विकास बग्गा के परिजनों को ढांढस बधाने पंजाब भाजपा के सीनियर नेता हरजीत सिंह गरेवाल उनके घर पहुंचे और परिवार के प्रति गहरी संवेदना भी व्यक्त की। इस मौके पर उनके सत भाजपा नेता विनित जोशी, जतिंद्र सिंह अट्ठवाल व नंगल मंडल, भाजपा के अध्यक्ष हरमनजीत सिंह प्रिंस, नंगल मंडल के पूर्व अध्यक्ष राजेश चौधरी, राकेश शर्मा व बलराम पराशर इत्यादि भी उपस्थित थे। इस मौके पर पत्रकारों से बात करते भाजपा नेताओं ने विकास बग्गा की मौत पर गहरा दुख व्यक्त करते हुए कहा कि बेशक पार्टी विकास बग्गा के परिवार के साथ कंधे से कंधा मिलाकर खड़ी है, लेकिन परिवार के लिए यह कभी ना पूरी होने वाली कमी है। बहुत मंदभागा है जी, ये जड़ा मर्डर होया ये एक तरह ना अमन शांति और भाईचारे का मर्डर है। पुलिस की फेलियर है, प्रशासन की फेलियर है, इंटेलीजेंस एजेंसियों की फेलियर है। वैसे कहना गलत नहीं होएगा, जब तो पंजाब के अंदर आम आदमी पार्टी का राज आया तद तो लुट्टां खोहां डकैतियां और यहोजे मर्डर के केसिस वधे ने। और एक कहना गलत भी नहीं होएगा कि पंजाब के अंदर आम आदमी पार्टी ने 100 एरिए 100 हिस्सों पंजाब नूं वंडिया और जो 100 हिस्से पंजाब वंडिया उन्हां लोगों नूं लुट्टा खोहां दा इन्होंने एक तरह ठेका दिता होया है। और मैनूं जो पता लग्या सच है झूठ है पता नहीं, इन्हां नूं उहदा पैसा भी आता है। तो हुण जब तुसीं लुट्ट खोह अलाओ करदे हो तो सोली सोली मर्डर वल वधदा है। और ये जिहड़ा इन्होंने अलाओ किया है, थोड़े दिन रुक जाओ, ये बहुत बुरी तरह जिहड़ा है आम आदमी पार्टी नूं तंग करेगा। अज अस परिवार नूं मिलण आए हैं, दुख प्रगटाउण आए हैं और दसण आए हैं कि पूरा समाज जिहड़ा है इन्हां दे नाल खड़ा है और इन्हां दे परिवार की भलाई वास्ते असीं वध तों वध उपराले करांगे। ਉਹ ਤਾਂ ਮੰਚ ਤੇ ਬਾਅਦ ਚ ਦੋ ਕਾਰਜਕਰਤਾ ਆਪਸ ਚ ਇਦਾਂ ਜਿਹੜਾ ਵਿਸਤਾਰ ਹੋ ਰਿਹਾ ਨਾ ਪਾਰਟੀ ਦਾ, ਉਹਦੇ ਚ ਕਈ ਨਵੇਂ ਲੋਕ ਆਉਂਦੇ ਆ, ਉਹਨਾਂ ਚ ਪਾਰਟੀ ਦੇ ਸੰਸਕਾਰ ਨਹੀਂ ਹੁੰਦੇ ਕਈ ਵਾਰ, ਤੇ ਉਹਨਾਂ ਨੂੰ ਸਮਝ ਨਹੀਂ ਹੁੰਦੀ। ਤੇ ਉਹ ਬਾਅਦ ਚ ਮੀਟਿੰਗ ਤੋਂ ਬਾਅਦ ਹੋਇਆ, ਮੈਂ ਹੀ ਉੱਥੇ ਮੀਟਿੰਗ ਸੀਗਾ, ਪਰ ਉਸ ਤੋਂ ਬਾਅਦ ਹੋਇਆ ਜੋ ਵੀ ਹੋਇਆ, ਤੇ ਇਹ ਹੁੰਦਾ ਰਹਿੰਦਾ, ਇਹ ਕੋਈ ਖਾਸ ਗੱਲ ਨਹੀਂ ਹੈ। ਹੁਣ ਤੁਸੀਂ ਸਾਡੇ ਅਵਨੀਤ ਜੀ ਮੀਡੀਆ ਦੇ ਇੰਚਾਰਜ ਨੇ ਪੰਜਾਬ ਦੇ ਪੂਰੇ ਬੀਜੇਪੀ ਦੇ, ਇਹਨਾਂ ਤੋਂ ਵੀ ਪੁੱਛੋ ਕੁਛ। ਅੱਜ ਅੱਜ ਜ਼ਿਲ੍ਹਾ ਪ੍ਰਧਾਨ ਜੀ ਕਈ ਵਾਰੀ ਮੋਸਟ ਜਿਹੜੇ ਇੰਪੋਰਟੈਂਟ ਬੂਥ ਦਾ ਵੀ ਪਿੱਛੇ ਫੰਕਸ਼ਨ ਵੀ ਤੁਹਾਡੇ ਨਾਲ ਹੈ ਨਹੀਂ? ਨਹੀਂ, ਉਹ ਦਿੱਲੀ ਗਏ ਹੋਏ ਆ ਯਾਰ, ਉਹ ਤਾਂ ਬੱਚਾ ਸਾਡਾ ਪੁੱਤਰ ਆ ਮੇਰਾ, ਜਿਹਾ ਜਿਹਾ ਲਾਲਪੁਰੇ ਦਾ ਪੁੱਤਰ ਆ ਹੋਇਆ ਮੇਰਾ, ਉਹਦੇ 'ਚ ਕੀ ਆ, ਉਹ ਕੋਈ ਗੱਲ ਨਹੀਂ ਹੈ, ਉਹਦੀ ਕਮੀ ਮੈਂ ਪੂਰੀ ਕਰ ਦੂੰ। ਇਹ ਮੈਂ ਜ਼ਿਆਦਾ ਤਾਂ ਨਹੀਂ ਕਹਿਣਾ ਚਾਹੁੰਦਾ ਇਸ ਵੇਲੇ, ਕਿਉਂਕਿ ਐਸੇ ਦੁੱਖ ਦੀ ਘੜੀ 'ਚ ਆਏ ਹਾਂ ਅਸੀਂ, ਪਰ ਮੈਂ ਸਮਝਦਾ ਕਿ ਜਦੋਂ ਦਾ ਇਹ ਸਰਕਾਰ ਆਈ ਆ ਉਸ ਵੇਲੇ ਦਾ ਕ੍ਰਾਈਮ ਬਹੁਤ ਵੱਧ ਗਿਆ, ਲੁੱਟਾਂ ਖੋਹਾਂ ਵੀ ਔਰ ਆਤੰਕਵਾਦੀ ਗਤੀਵਿਧੀਆਂ ਜਿਹੜੀਆਂ ਨੇ ਇਹ ਵੀ ਹੁਣ ਸਾਹਮਣੇ ਆਉਣ ਲੱਗ ਗਈਆਂ। ਅਤੇ ਪੰਜਾਬ ਦਾ ਆਉਣ ਵਾਲਾ ਜਿਹੜਾ ਇਹਨਾਂ ਦਾ ਸਮਾਂ ਰਹਿ ਗਿਆ ਉਹਦੇ 'ਚ ਕੀ ਹੋਊਗਾ ਇਹ ਸਮਝ ਨਹੀਂ ਆ ਰਿਹਾ। ਇੱਥੇ ਹੁਣ ਜਦੋਂ ਵੀ ਕੋਈ ਵਾਰਦਾਤ ਹੁੰਦੀ ਆ ਲੋਕ ਆਮ ਪਿੰਡਾਂ 'ਚ ਵੀ ਕਹਿਣ ਲੱਗ ਗਏ, ਮਾਲਵੇ 'ਚ, ਮੈਂ ਮਾਲਵੇ ਤੋਂ ਹਾਂ, ਉਹ ਕਹਿੰਦੇ ਆ ਕਿ ਸਾਨੂੰ ਤਾਂ ਜੋਗੀ ਚਾਹੀਦਾ। ਮੈਂ ਇੱਕੋ ਗੱਲ ਕਹਿੰਦਾ, ਜੇ ਮੋਦੀ ਨਹੀਂ ਆਊਗਾ ਤਾਂ ਜੋਗੀ ਕਿੱਥੋਂ ਆਜੂਗਾ? ਅਤੇ ਇਸ ਕਰਕੇ ਜੇ ਜੋਗੀ ਚਾਹੀਦਾ, ਜਿਵੇਂ ਯੂਪੀ 'ਚ ਗਲਾਂ 'ਚ ਤਖਤੀਆਂ ਪਾ ਕੇ ਕ੍ਰਿਮੀਨਲ ਜਾਂਦੇ ਆ ਨਾ ਕਿ ਸਾਨੂੰ ਬਖਸ਼ ਦਿਓ, ਸਾਨੂੰ ਜੇਲ੍ਹ ਭੇਜ ਦਿਓ, ਅਸੀਂ ਗਲਤੀ ਦੁਬਾਰਾ ਨਹੀਂ ਕਰਾਂਗੇ, ਇਹ ਤੋਂ ਬੁਰਾ ਹਾਲ ਕਰ ਦਿਆਂਗੇ ਪੰਜਾਬ 'ਚ ਉਹਨਾਂ ਲੋਕਾਂ ਦਾ ਜਿਹੜੇ ਕ੍ਰਿਮੀਨਲ ਨੇ, ਜਿਹੜੇ ਆਤੰਕੀ ਨੇ, ਜਿਹੜੇ ਦੇਸ਼ ਵਿਰੋਧੀ ਨੇ। ਨਹੀਂ, ਜਾਂਚ ਤਾਂ NIA ਚਲੋ ਕਰੇ, ਬਹੁਤ ਨਿਰਪੱਖ ਜਾਂਚ ਹੋ ਰਹੀ ਆ ਅਤੇ ਸਜ਼ਾ ਵੀ ਮਿਲਣੀ ਚਾਹੀਦੀ ਆ ਜਿਨ੍ਹਾਂ ਨੇ ਇਹ ਕੀਤਾ। ਪਰ ਇਹ ਹੋਣ ਤੋਂ ਪਹਿਲਾਂ ਕਿੱਦਾਂ ਨਹੀਂ ਪਤਾ ਲੱਗਿਆ, ਇਹਨੂੰ ਇੰਟੈਲੀਜੈਂਸ ਫੇਲਿਓਰ ਕਹਿੰਦੇ ਆ, ਇਹ ਵੀ ਤਾਂ ਹੋਇਆ ਨਾ, ਸੂਚਨਾ ਕਿਉਂ ਨਹੀਂ ਮਿਲੀ ਉਹਨਾਂ ਨੂੰ? ਅਤੇ
ਦੇਸ਼ ਦਾ ਕੋਈ ਵੀ ਸੂਬੇ ਦਾ ਨਾਗਰਿਕ ਜਾਵੇ ਉਹਦੀ ਹੱਤਿਆ ਹੋਵੇ ਇਹ ਬੁਰੀ ਗੱਲ ਆ ਅਤੇ ਮੈਂ ਇਹ ਸਮਝਦਾ ਬੜੀ ਮੰਦਭਾਗੀ ਘਟਨਾ ਹੋਈ ਹੈ। ਅਜੇ ਸਾਡਾ ਕੈਂਡੀਡੇਟ ਆਉਣਾ ਸੈਂਟਰਲ ਪਾਰਲੀਮੈਂਟਰੀ ਬੋਰਡ ਨੇ ਦੇਣਾ ਅਸੀਂ ਤਾਂ ਫਿਰ ਹੀ ਕਮੈਂਟਸ ਕਰਾਂਗੇ। ਦੇਖੋ ਮੈਂ ਸਟੇਟ ਦੀ ਚੁਣਾਵ ਸਮਿਤੀ ਦਾ ਮੈਂਬਰ ਹਾਂ, ਮੈਂ ਇਸ ਤਰ੍ਹਾਂ ਦੀ ਗੱਲ ਮੀਡੀਆ 'ਚ ਕੋਈ ਨਹੀਂ ਬੋਲ ਸਕਦਾ ਅਤੇ ਇਹ ਮੀਡੀਆ ਦੀਆਂ ਗੱਲਾਂ ਨਹੀਂ ਹੁੰਦੀਆਂ, ਪਾਰਟੀ ਦੇ ਅੰਦਰ ਦਾ ਮਸਲਾ ਅਤੇ ਮੈਂ ਸਮਝਦਾ ਅੱਛਾ ਕੈਂਡੀਡੇਟ ਦੇਵਾਂਗੇ ਜਿੱਦਾਂ ਬਾਕੀ ਜਗ੍ਹਾ ਕਿਸਾਨੀ ਅੰਦੋਲਨ ਕਰਕੇ ਉਹ ਕੋਈ ਫਰਕ ਨਹੀਂ ਪੈਂਦਾ ਸਾਡੇ ਨਾਲ, ਉਲਟਾ ਹਮਦਰਦੀ ਹੋ ਰਹੀ ਆ। ਮੈਂ ਤਾਂ ਕਹਿੰਦਾ ਜੇ ਮੈਂ ਲੜਦਾ ਹੋਵਾਂ ਤਾਂ ਮੈਂ ਰੋਜ਼ ਕਹਾਂ ਮਾਰੋ ਵੀ ਪੱਥਰ ਮੇਰੇ ਆ ਜਾਓ, ਕੋਈ ਗੱਲ ਆ ਇਹ ਤਾਂ ਆਤੰਕ ਰਾਜਨੀਤਿਕ ਆਤੰਕਵਾਦ ਕਹਿੰਦੇ ਇਹਨੂੰ ਜਿਹੜਾ ਇਹ ਕੰਮ ਹੋ ਰਿਹਾ ਔਰ ਇਹ ਸਰਕਾਰ ਦੀ ਸ਼ਹਿ 'ਤੇ ਹੋ ਰਿਹਾ, ਇਹ ਨਹੀਂ ਹੋਣਾ ਚਾਹੀਦਾ।